ਆਵਾਜ਼ ਆਦਮੀ ਪਾਰਟੀ ਦੇ ਆਗੂ ਜਗਮੋਹਨ ਕੰਗ ਨੇ ਰਾਜ ਸਭਾ ਦੇ ਲਈ ਆਪਣੀ ਦਾਵੇਦਾਰੀ ਠੋਕੀ ਹੈ ਤੇ ਕਿਹਾ ਕਿ ਆਵਾਜ਼ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਕੇ ਆਪਣੀ ਗੱਲ ਰੱਖਣਗੇ। ਉਹਨਾਂ ਨੇ ਕਿਹਾ ਕਿ ਰਾਜ ਸਭਾ ਦੇ ਲਈ ਲੰਬੇ ਸਿਆਸੀ ਤਜਰਬੇ ਦੀ ਲੋੜ ਹੁੰਦੀ ਹੈ ਜੋ ਕਿ ਉਹਨਾਂ ਦੇ ਕੋਲ ਹੈ। ਦੱਸ ਦਈਏ ਕਿ ਖਰੜ ਤੋਂ ਕਾਂਗਰਸ ਦੀ ਟਿਕਟ ਨਾ ਮਿਲਣ ਤੋਂ ਬਾਅਦ ਜਗਮੋਹਨ ਕੰਗ ਆਵਾਜ਼ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀ। ਮੰਗ ਕਰਕੇ ਨਹੀਂ ਉੱਥੇ ਆਇਆ ਅਨਗਨੀਸ਼ਲ ਆਇਆ ਰਾਜ ਸਭਾ ਦੇਣੀ ਹੈ ਲੋਕ ਸਭਾ ਦੇਣੀ ਹੈ ਕੁਝ ਹੋਰ ਦੇਣਾ ਇਹ ਮੈਨੂੰ ਨਹੀਂ ਪਤਾ ਇਹ ਪ੍ਰਯੋਗਿਤ ਹਾਈ ਕਮਾਂਡ ਦਾ ਕੇਜੀਵਾਲ ਸਾਹਿਬ ਦਾ ਖਾਸ ਤੌਰ ਤੇ ਤੇ ਰਾਗਪ ਚੋੜਾ ਖੜੇ ਇਨਚਾਰਜ ਹੋਣ ਦੇਖਣਾ ਮੈਂ ਨਹੀਂ ਕੁਝ ਕਹਿ ਸਕਦਾ ਲੇਕਿਨ ਮੈਨੂੰ ਪੂਰੀ ਆਸ ਹੈ ਜੋ ਮੈਨੂੰ ਕਿਹਾ ਗਿਆ ਮੈਂ ਵਰਕਰ ਬਣ ਕੇ ਇੱਥੇ ਆਇਆ ਮੈਂ ਸਮਰਪਿਤ ਹਾਂ ਆਪ ਪਾਰਟੀ ਵਾਸਤੇ ਦਿਨ ਰਾਤ ਸੇਵਾ ਕਰਾਂਗਾ ਔਰ ਮੇਰਾ ਕੋਈ ਆਬਜੈਕਟ ਹੋਏਗਾ ਕੋਈ ਮਿਸ਼ਨ ਹੋਏਗਾ ਟਾਰਗੇਟ ਹੋਏਗਾ ਕਿ ਹਮ ਪਾਰਟੀਆਂ ਨੂੰ ਸੀ ਮਜ਼ਬੂਤ ਕਰੀਏ ਔਰ ਇਸ ਵਿੱਚ ਲੋਕ ਸਵਾਵਾਸੀ ਤਿਆਰੀ ਸ਼ੁਰੂ ਕਰੀਏ ਅਸੀਂ ਤਾਂ ਕਿ ਭਾਈ ਜੂ ਸੀਟਾਂ ਜਿੱਤਣੀਆਂ ਅਸੀਂ ਉੰਡਾਂ ਮਿਲ ਕੇ ਯੋਸਾਉਂ ਦਿੱਲੀ ਜាក់ਸ ਪਰਲਮੈਂਟ ਤੋਂ ਅਸੀਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪਰ ਤੁਸੀਂ ਤੁਸੀਂ ਇੰਟਰਸਟਿਡ ਹੋ ਜੇਕਰ ਲੋਕ ਸਭਾ ਲਈ ਸੰਗਰੂਰ ਤੋਂ ਉਮੀਦਵਾਰ ਚੁਣਨਾ ਹੋਵੇ ਰਾਜ ਸਭਾ ਭੇਜਣਾ ਹੋਵੇ ਇੰਟਰਸਟਿਡ ਹੋ ਤੁਹਾਡਾ ਆਪਣਾ ਪਰਸਨਲ ਕੀ ਇੰਟਰਸਟ ਹੈ ਇਹ ਦੇਖੋ ਗੱਲ ਤੁਹਾਨੂੰ ਮੈਂ 47 ਸਾਲ ਕਾਂਗਰਸ ਕੰਮ ਕੀਤਾ ਹੈ 74th ਮੈਂ ਕਾਂਗਰਸ ਪਾਰਟੀ ਜਾਇਆ ਸੀ ਮਨੂੰ ਗਿਆਨੀ ਜੈਲ ਸਿੰਘ ਜੀ ਮੇਰੇ ਸਿਆਸੀ ਗੁਰੂ ਮੈਂ ਕਹਿੰਦਾ ਹਾਂ ਉਹਨੂੰ ਰਾਮੰਦ ਹੈ ਰਾਸ਼ਪਤੀ ਲੈ ਕੇ ਆਏ ਸੀ ਉਹ ਮੁੱਖ ਮੰਤਰੀ ਪੰਜਾਬ ਦੇ ਸੀ ਮੈਂ ਪਿੱਛੇ ਦੀ ਮੁੜ ਕੇ ਦੇਖਿਆ ਮੈਨੂੰ ਬਹੁਤ ਭਾਰੀ ਦਾ ਛੋੜ ਤੱਕੇ ਖਾ ਕੇ ਇੱਥੇ ਪਹੁੰਚਿਆ ਹੈ ਇਹ ਤਰਬਾ ਹੈ ਇਹ ਗੱਲ ਭਗਵੰਤ ਮਾਨ ਜੀ ਨੇ ਕਹੀ ਸੀ ਜਿਉ ਮਨੇ ਜੋਇਨ ਕਰਾਇਆ ਉਹ ਸਰਸ਼ਮੀ ਤੌਰ ਤੇ ਮੋਹਾਲੀ ਕਿ ਕੰਗ ਸਾਹਿਬ ਕਿਸੇ ਇੰਟਰੋਡਕਸ਼ਨ ਦੀ ਮਹਤਾਜ ਨਹੀਂ ਹੈ ਜੋ ਤਰਬਾ ਇਹਨਾਂ ਦਾ ਹੈ ਲੰਬਾ ਸਾਡੇ ਕੰਮ ਆਵੇਗਾ ਬੜੀ-ਬੜੀ ਉਹਨੇ ਗੱਲ ਕਹੀ ਹੈ ਇਹ ਛੋਟੀ ਗੱਲ ਤਾਂ ਨਹੀਂ ਹੈ ਰਾਜ ਸਭਾ ਹੋਵੇ ਕੁਝ ਹੋ ਨਾ ਮੈਂ ਮੰਗੀ ਹੈ ਨਾ ਮੈਂ ਨਾ ਕਿਸ ਨੇ ਗੱਲ ਕੀਤੀ ਹੈ ਜੋ ਫੈਸਲਾ ਹਿਕਮਤ ਕਰੇ ਕਿ ਸਨਮਤੀ ਸਾਡਾ ਕਿਤੇ ਵੀ ਸੇਵਾ ਲੈਗੀ ਮੈਂ ਕਰਾਂਗਾ